Yeah.
ਸਾਰੇ ਅੰਧਕਾਰ ਨਾਲ ਸੰਬੰਧ ਰੱਖਦੇ ਨੇ। ਇਸ ਲਈ ਗੁਰੂ ਨੇ ਬਾਣੀ ਵਿੱਚ ਇੱਕ ਲਾਈਨ ਅੰਦਰ ਇੱਕ ਫੈਸਲਾ ਦੇ ਦਿੱਤਾ, ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਅੰਧੇਰੇ ਵਿੱਚ ਮਨੁੱਖ ਸੁਖ ਦੀ ਨੀਂਦ ਨਹੀਂ ਸੌ ਸਕਦਾ, ਕਿਉਂਕਿ ਨੀਂਦ ਵੀ ਜਿਹੜੀ ਇੱਕ ਸੁਖ ਦੀ ਪ੍ਰਤੀਕ, ਦੁਖੀ ਨੂੰ ਨੀਂਦ ਨਹੀਂ ਆਉਂਦੀ, ਚਿੰਤਾ ਵਾਲੇ ਨੂੰ ਨੀਂਦ ਨਹੀਂ ਆਉਂਦੀ। ਜਿਹਨੂੰ ਕੋਈ ਚਿੰਤਾ ਲੱਗ ਜਾਏ ਨਾ, ਆਮ ਜੀਵਨ ਵਿੱਚ ਦੇਖੋਗੇ, ਉਹ ਫਿਰ ਜਦੋਂ ਨੀਂਦ ਨਾ ਆਵੇ ਤਾਂ ਨੀਂਦ ਦੀਆਂ ਗੋਲੀਆਂ ਲੈਂਦਾ। ਕਿਉਂ? ਕਿਉਂਕਿ ਨੀਂਦ ਨਹੀਂ ਆ ਰਹੀ, ਕੋਈ ਚਿੰਤਾ ਲੱਗੀ ਨਹੀਂ, ਕੋਈ ਫਿਕਰ। ਗੁਰੂ ਨੇ ਆਖਿਆ ਨੀਂਦ ਨਹੀਂ ਆਉਂਦੀ, ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਇਹ ਨਹੀਂ ਕਿ ਸਿਰਫ ਗਰੀਬ ਨੂੰ ਨੀਂਦ ਨਹੀਂ ਆਉਂਦੀ, ਰਾਜੇ ਨੂੰ ਵੀ ਨੀਂਦ ਨਹੀਂ ਆਉਂਦੀ, ਕਿਉਂਕਿ ਦੁੱਖਾਂ ਦੀ ਵੀ ਸਰੂਪ ਕੋਈ ਇੱਕ ਥੋੜ੍ਹਾ ਹੈ। ਉਹਨੂੰ ਆਪਣੀ ਕਿਸਮ ਦਾ ਦੁੱਖ ਹੈ, ਉਹਨੂੰ ਆਪਣੀ ਕਿਸਮ ਦਾ ਦੁੱਖ ਹੈ। ਰਾਜਾ ਰੰਗ ਦੋ ਮਿਲ ਰੋਈ ਹੈ, ਦੋਨੋਂ ਹੀ ਰੋਂਦੇ ਨੇ, ਦੋਨਾਂ ਦੀ ਪਰੇਸ਼ਾਨੀ। ਕਿਉਂ? ਕਿਉਂਕਿ ਰੋਸ਼ਨੀ ਦੀ ਚਾਨਣ ਦੀ ਦੋਹਾਂ ਨੂੰ ਲੋੜ ਹੈ। ਇੱਕ ਵਾਰ ਸਥਿਤੀ ਸੀ, ਇਹੋ ਕਾਰਨ ਹੈ ਮਨੁੱਖ ਸਦੀਆਂ ਤੋਂ ਯੁਗਾਂ ਤੋਂ ਚਾਨਣ ਦੀ ਢੂੰਡ ਵਿੱਚ ਹੈ, ਬਦਲਵਾਂ ਚਾਨਣ ਢੂੰਡਦਾ। ਚਾਨਣ ਦੇ ਵੀ ਕਈ ਰੂਪ ਨੇ, ਬਾਣੀ ਅੰਦਰ ਵੀ ਜ਼ਿਕਰ ਆਇਆ ਹੈ। ਕੁਛ ਚਾਨਣ ਐਸੇ ਨੇ ਜਿਹਦੇ ਵਿੱਚ ਅੰਧੇਰਾ ਹੈ, ਵਿੱਚ ਅੰਧੇਰਾ ਹੈ, ਬਾਹਰੋਂ ਚਾਨਣ ਦਿਸਦਾ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕੰਨ ਮਸੱਲਾ ਸੂਪ ਗਲ, ਦਿਲ ਕਾਤੀ ਗੁੜਵਾਤ। ਅਗਲੀ ਲਾਈਨ ਪੜ੍ਹ, ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਕਈ ਚਾਨਣ ਉਹ ਵੀ ਨੇ ਜਿਹਨਾਂ ਦੇ ਅੰਦਰ ਅੰਧੇਰਾ ਹੈ, ਜਿੱਥੇ ਦੀਵਾ ਜਗਾਓ ਉੱਥੇ ਕਾਲਖ ਲੱਗ ਜਾਂਦੀ ਹੈ। ਇਹਨਾਂ ਨੂੰ ਜੀਵੇ ਦੇ ਚਾਨਣ ਵਿੱਚ ਵੀ ਕੋਈ ਕਾਲਖ ਹੈ। ਮੈਂ ਅਰਜ਼ ਕੀਤੀ ਸੀ, ਮੈਂ ਉਹਨਾਂ ਪੁਰਾਣੇ ਲਫ਼ਜ਼ਾਂ ਨੂੰ ਵਾਰ ਵਾਰ ਲੰਬਾ ਕਰਕੇ ਨਹੀਂ ਦੁਹਰਾਉਣਾ ਚਾਹੁੰਦਾ, ਲੇਕਿਨ ਐਗਜ਼ਾਮਪਲ ਦੇਣਾ ਚਾਹੁੰਦਾ। ਅਰਜ਼ ਕੀਤੀ ਸੀ, ਮਨੁੱਖ ਇਸ ਸੋਚ ਵਿੱਚ ਸੀ, ਦੌੜ ਵਿੱਚ ਸੀ, ਕਿ ਜਿਹੜੀ ਅੰਦਰਲੀ ਕਾਲਖ ਹੈ ਨਾ ਚਾਨਣ ਦੀ, ਉਹ ਮਿਟ ਜਾਏ, ਚਾਨਣ ਸਿਰਫ ਚਾਨਣ ਰਹਿ ਜਾਏ। ਪਹਿਲੇ ਇਸਨੇ ਉਸ ਕਾਲਖ ਨੂੰ, ਕਾਲਖ ਤੋਂ ਆਪਣੇ ਆਪ ਨੂੰ, ਘਰ ਨੂੰ ਬਚਾਉਣ ਲਈ ਲੈਂਪ ਦੀ ਕਾਢ ਕੱਢੀ। ਪਹਿਲੇ ਦੀਵੇ ਦੀ ਸੀ, ਮੁੜ ਕੇ ਲੈਂਪ ਦੀ ਕਾਢ ਕੱਢੀ, ਉਹਦੇ ਉੱਤੇ ਚਿਮਨੀ ਚੜਾ ਦਿੱਤੀ। ਹੁਣ ਕਾਲਖ ਤੇ ਹੈ ਸੀ, ਪਰ ਚਿਮਨੀ ਨੂੰ ਲੱਗਦੀ ਸੀ, ਸ਼ਾਮ ਨੂੰ ਸਾਫ਼ ਕਰ ਲੈਂਦਾ ਸੀ। ਲੈਂਪਾਂ ਦੇਖੀਆਂ ਨੇ ਬੱਚੇ, ਕਾਢ ਕੱਢੀ ਵੀ ਚਿਮਨੀ ਵਾਲਾ ਦੀਵਾ ਬਣਾ ਦਿਓ,
ਤਾਂ ਕਿ ਘਰ ਨੂੰ ਕਾਲਾ ਨਾ ਕਰੇ, ਚਿਮਨੀ ਤਾਂ ਸ਼ਾਮ ਨੂੰ ਸਾਫ਼ ਹੋ ਜਾਏ। ਚੱਲਦਾ ਚੱਲਦਾ ਮਨੁੱਖ ਜਾਣਨ ਦੀ ਨੂੰ ਰਿਫਾਈਨ ਕਰਦਾ ਕਰਦਾ ਇੱਥੇ ਅੱਜ ਪਹੁੰਚਿਆ ਕਿ ਲਾਈਟਾਂ ਜਗ ਰਹੀਆਂ ਨੇ, ਕਾਲਖ ਕੋਈ ਨਹੀਂ ਲੱਗਦੀ। ਲੇਕਿਨ ਇੱਕ ਖਿਆਲ ਕਰਿਓ, ਇਹ ਚਾਨਣ ਜਿਸ ਚਾਨਣ ਦਾ ਗੁਰਬਾਣੀ ਜ਼ਿਕਰ ਕਰ ਰਹੀ ਹੈ ਉਹ ਨਹੀਂ। ਉਹ ਮੈਂ ਇਹ ਦੱਸਣਾ ਚਾਹੁੰਦਾ ਕਿਉਂਕਿ ਇਹ ਚਾਨਣ ਜਿਸ ਚਾਨਣ ਦਾ ਗੁਰਬਾਣੀ ਜ਼ਿਕਰ ਕਰਦੀ ਹੋਣਾ, ਇਹ ਚਾਨਣ ਇਕੱਲਾ ਨਹੀਂ, ਮੁਹਤਾਜ ਹੈ। ਇੱਕ ਦੋ ਬੜੀ ਮੁਹਤਾਜੀ ਚੋਂ ਨਿਕਲਿਆ। ਮੈਂ ਇੱਕ ਵਾਰ ਕੀਤੀ ਸੀ ਇਹੋ ਜਿਹੇ ਚਾਨਣ ਇੱਕ ਨਹੀਂ ਅਨੇਕਾਂ ਲਾਈਟਾਂ ਜਗਾ ਲਓ, ਪਰ ਮਨੁੱਖ ਦੀਆਂ ਅੱਖਾਂ ਅੰਧਲੀਆਂ ਹੋਣ, ਕਿਸੇ ਅੰਧਲੇ ਮਨੁੱਖ ਨੂੰ ਇਸ ਕਮਰੇ ਵਿੱਚ ਲਿਆ ਕੇ ਬਿਠਾ ਦੇ, ਉਹਦੇ ਵਾਸਤੇ ਕਾਹਦਾ। ਗੁਰੂ ਨੇ ਵੀ ਬਾਣੀ ਵਿੱਚ ਆਖਿਆ ਅੰਧੇ ਚਾਨਣ ਰੱਖੀਏ, ਚਾਨਣ ਉਹ ਵੀ ਸਾਹਮਣੇ ਵੀ ਟਿਕਾਓ, ਕੋਈ ਫਾਇਦਾ। ਅੰਧੇ ਚਾਨਣ ਰੱਖੀਏ, ਦੀਵੇ ਬਣੇ 50 ਦੀਵੇ ਬਾਲ ਲਓ, ਅੱਖਾਂ 'ਚ ਰੋਸ਼ਨੀ ਚਾਹੀਦੀ। ਇੱਕ ਚਾਨਣ ਅੱਖਾਂ ਦਾ, ਇੱਕ ਚਾਨਣ ਇਹ, ਉਸ ਤੋਂ ਬਾਅਦ ਇੱਥੇ ਬਸ ਨਹੀਂ, ਫਿਰ ਇੱਕ ਚਾਨਣ ਸੁਰਤ ਦਾ। ਆਦਮੀ ਤਾਂ ਸੁਰਤ ਪਿਆ, ਹੋਸ਼ ਨਹੀਂ, ਲਾਈਟ ਵੀ ਜਲ ਰਹੀ ਹੈ, ਅੱਖਾਂ ਵਿੱਚ ਵੀ ਰੋਸ਼ਨੀ ਹੈ, ਦੇਖ ਰਿਹਾ ਦੇਖ ਰਿਹਾ, ਦਿਨ ਦਾ ਚਾਨਣ ਵੀ ਹੈ, ਪਰ ਸੁਰਤ ਨਹੀਂ, ਉਹ ਵੀ ਇੱਕ ਚਾਨਣ ਹੈ, ਸੁਰਤ ਨਹੀਂ। ਅਸੀਂ ਉਹਦੇ ਕੋਲ ਪੁੱਛਦੇ ਹਾਂ, ਭਲਿਆ ਆਹ ਕੌਣ ਹੈ, ਅੱਜ ਤੇਰੇ ਕੋਲ ਖਲੋਤਾ ਕੌਣ, ਚੁੱਪ ਹੈ, ਕੁਝ ਦੱਸ ਹੀ ਨਹੀਂ ਸਕਦਾ, ਦੱਸੇ ਕਿ ਹੁਣ ਸਮਝ ਨਹੀਂ ਆਉਂਦੀ, ਦੇਖ ਰਿਹਾ ਪਰ ਪਛਾਣ ਨਹੀਂ ਰਿਹਾ। ਤਿੰਨ ਚਾਨਣ ਮਿਲ ਕੇ ਵੀ ਨਹੀਂ, ਅੱਖਾਂ 'ਚ ਵੀ ਚਾਨਣ ਆ ਗਿਆ, ਲੋਟ ਲਾਈਟ, ਪਰ ਤੀਸਰਾ ਚਾਨਣ ਸੀ ਸੁਰਤ ਦਾ। ਅਤੇ ਕਈ ਵਾਰ ਇਹ ਹੁੰਦੀ ਵੀ ਸੁਰਤ ਵੀ ਹੁੰਦੀ ਹੈ, ਅੱਖਾਂ ਵੀ ਹੁੰਦੀਆਂ ਨੇ, ਆਹ ਚਾਨਣ ਵੀ ਹੁੰਦਾ, ਪਰ ਗਿਆਨ ਦੀ ਰੋਸ਼ਨੀ ਨਹੀਂ ਹੁੰਦੀ, ਗਿਆਨ ਦੀ ਰੋਸ਼ਨੀ ਨਹੀਂ ਹੁੰਦੀ। ਚਾਰ ਚਾਨਣ ਮਿਲਣ ਤਾਂ ਇੱਕ ਚਾਨਣ ਬੜੇ ਬੜਾ ਮਜਬੂਰ ਹੈ, ਬੜਾ ਮੁਹਤਾਜ ਹੈ। ਲੋ, ਮਨੁੱਖ ਦੇ ਚਾਨਣ ਦੇ ਨਾਲ ਅੰਧੇਰਾ ਕਿਵੇਂ ਜੁੜ ਗਿਆ, ਇਹ ਗੱਲ ਵੱਖਰੀ ਹੈ ਕਿ ਮਨੁੱਖ ਉਸ ਅੰਧੇਰੇ ਵਾਲੇ ਚਾਨਣ ਨਾਲ ਹੀ ਜੁੜ ਗਿਆ। ਇਹੋ ਕਾਰਨ ਹੈ ਫੈਸਲੇ ਨਹੀਂ ਕਰ ਪਾਇਆ ਕਿ ਦੀਵਾਲੀ ਕੀ। ਮੈਂ ਦੇਖ ਰਿਹਾ ਇਹਨਾਂ ਦਿਨਾਂ ਅੰਦਰ ਲਗਾਤਾਰ ਚਰਚਾ ਚੱਲ ਰਹੀ ਹੈ, ਕੋਈ ਕਹਿੰਦਾ ਦੀਵਾਲੀ ਨਹੀਂ ਮਨਾਉਣੀ, ਕੋਈ ਕਹਿੰਦਾ ਮਨਾਉਣੀ ਹੈ, ਬਲਕਿ ਜਿਹੜੇ ਜ਼ਿਆਦਾ ਸਖਤ ਵਿਚਾਰ ਆਉਂਦੇ ਨੇ ਉਹ ਕਈ ਬੜੇ ਬੋਲੇ ਤਮੀਜ਼ ਨੂੰ ਛੱਡ ਕੇ ਇੱਕ ਪਾਸੇ ਅਜਿਹੇ ਸ਼ਬਦ ਵੀ ਵਰਤ ਰਹੇ ਨੇ ਜਿਹੜੇ ਯੋਗ ਨੇ ਦੀਵਾਲੀ ਦਾ। ਕਦੇ ਤਾਂ ਦੀਵਾਲੀ ਦੇ ਇਤਿਹਾਸ ਨੂੰ ਪੜ੍ਹੋ, ਇਹ ਠੀਕ ਹੈ, ਸਾਨੂੰ ਇੱਕ ਗੱਲ ਸਮਝ ਨਹੀਂ ਪਏਗੀ, ਕਾਰਨ ਕੀ ਹੈ। ਦੀਵਾਲੀ ਇੱਕ ਐਸਾ ਤਿਉਹਾਰ ਸੀ ਸਮਾਜਿਕ ਜਿਹਾ, ਜਿਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਸੀ, ਧਰਮ ਨਾਲ ਕੋਈ ਸੰਬੰਧ ਨਹੀਂ ਦੀਵਾਲੀ ਦਾ। ਇਹ ਬੜੀ ਸਾਜਿਸ਼ ਹੋਈ, ਲੋਕ ਦੀਵਾਲੀ ਮਨਾਉਂਦੇ ਸਨ, ਦੀਵੇ ਜਗਾ ਰਹੇ, ਆਪਸ ਵਿੱਚ ਪਰਿਵਾਰ ਇਕੱਠੇ ਬੈਠ ਕੇ ਜਸ਼ਨ ਮਨਾ ਲਿਆ। ਬ੍ਰਾਹਮਣ ਨੂੰ ਹਮੇਸ਼ਾ ਖਿਆਲ ਹੁੰਦਾ ਹੈ ਕਿ ਕਿਸੇ ਦੀ ਖੁਸ਼ੀ ਵਿੱਚੋਂ ਮੈਨੂੰ ਕੀ ਮਿਲਦਾ। ਉਹਨੇ ਇਸੇ ਲਈ ਜੀਵਨ ਮਰਨ ਜਨਮ ਮਰਨ ਨਾਲ ਆਪਣੇ ਆਪ ਨੂੰ ਧਰਮ ਕਹਿ ਕੇ ਜੋੜ ਲਿਆ, ਕਿਉਂਕਿ ਅਸੀਂ ਹਰ ਗੱਲ ਧਰਮ ਦੇ ਅਧੀਨ ਕਰ ਲਏ। ਇਹ ਬ੍ਰਾਹਮਣ ਨੇ ਕੀਤਾ, ਉਹਨੇ ਆਖਿਆ ਵੀ ਇਸ ਜਸ਼ਨ ਵਿੱਚੋਂ, ਇਸ ਸਮਾਜਿਕ ਦਿਲ ਬਹਿਲਾਵੇ ਵਿੱਚੋਂ ਮੇਰੇ ਲਈ ਕੀ ਹੈ। ਉਹ ਤਾਂ ਹੀ ਹੋ ਸਕਦਾ ਜੇ ਧਰਮ ਦੀ ਕੈਦ ਵਿੱਚ, ਕਿਉਂਕਿ ਮਨੁੱਖੀ ਸੁਭਾਅ ਧਰਮੇ ਦੇ ਲਈ ਇੱਕ ਕੈਦ ਬਣ ਗਈ, ਇੱਕ ਜੰਜਾਲ ਬਣ ਗਿਆ, ਇੱਕ ਜਾਲ ਬਣ ਗਿਆ। ਕਦੇ ਅਰ ਤੁਸੀਂ ਗਹਿਰਾਈ ਨਾਲ ਦੇਖੋ ਤਾਂ ਧਾਰਮਿਕ ਜਾਲ ਬਣ ਗਿਆ ਹੈ। ਬ੍ਰਾਹਮਣ ਨੇ
ਆਖਿਆ ਵੀ ਤਾਂ ਬਣੇਗਾ ਜੇ ਇਹਨੂੰ ਧਰਮ ਨਾਲ ਜੋੜਿਆ ਜਾਏ, ਅਤੇ ਫਿਰ ਧਰਮ ਮੇਰੀ ਮੁੱਠੀ 'ਚ, ਮੰਦਰ ਮੇਰੇ ਕੋਲ ਨੇ। ਜਦੋਂ ਇਹ ਇਸ ਫੰਕਸ਼ਨ ਨੂੰ ਧਰਮ ਨਾਲ ਜੋੜਾਂਗੇ, ਮੰਦਰਾਂ ਵਿੱਚ ਆਉਣਗੇ, ਮੇਰਾ ਰੁਜ਼ਗਾਰ ਵੀ ਚੱਲੇਗਾ। ਉਹਨੇ ਇਹਨੂੰ ਧਰਮ ਦਾ ਰੂਪ ਦੇਣ ਲਈ ਰਾਮ ਚੰਦਰ ਦੀ ਸਾਖੀ ਨਾਲ ਜੋੜ ਦਿੱਤੀ। ਉਹ ਭਗਵਾਨ ਹੈ ਉਹਦੀ ਨਿਗਾਹ ਵਿੱਚ, ਲੋਕਾਂ ਨੂੰ ਵੀ ਭਗਵਾਨ ਕਹਿ ਕੇ ਉਹਨੇ ਵਿਚਾਰਾਂ ਵਿੱਚ ਲੈ ਆਉਂਦਾ ਹੋਇਆ। ਹੁਣ ਇਹਦਾ ਮਤਲਬ ਇਹ ਦਿਨ ਜਿਹੜਾ ਹੈ ਉਹ ਇੱਕ ਸਮਾਜਿਕ ਦਿਨ ਨਹੀਂ, ਇੱਕ ਭਗਵਾਨ ਦਾ ਦਿਨ ਬਣ ਗਿਆ, ਬਦਲ ਗਿਆ ਨਾ। ਅਤੇ ਭਗਵਾਨ ਦਾ ਘਰ ਕਿਹੜਾ ਮੰਦਰ? ਗੁਰੂ ਨੇ ਮਾੜੀ ਵਿਚਾਰ ਦਿੱਤਾ, ਹਿੰਦੂ ਪੂਜੇ ਦੇਵਰਾ ਮੁਸਲਮਾਨ ਮਸੀਤ, ਉਹਨੇ ਮੰਦਰ ਵਿੱਚ ਬੈਠਣਾ। ਇਸ ਲਈ ਭਗਵਾਨ ਜਿਹੜਾ ਉਹ ਮੰਦਰ ਵਿੱਚ ਰਹਿੰਦਾ ਹੈ, ਅਤੇ ਇਹ ਜਸ਼ਨ ਭਗਵਾਨ ਦਾ। ਇਸ ਲਈ ਭਗਵਾਨ ਦੀ ਪੂਜਾ ਵਾਸਤੇ ਆਓ ਬਈ ਮੰਦਰ, ਜਿਹੜਾ ਮੰਦਰ ਆਵੇਗਾ ਉੱਥੇ ਭੇਟਾ ਵੀ ਕਰੇਗਾ, ਜਿਹੜਾ ਮੰਦਰ ਆਵੇਗਾ ਉਹਨੂੰ ਜਿਸ ਤਰ੍ਹਾਂ ਦੀ ਚਾਹੀ ਸਿੱਖਿਆ ਵੀ ਬ੍ਰਾਹਮਣ ਦੇਵੇਗਾ। ਉਹ ਹਰ ਕੰਮ ਉਹਦੇ ਅਧੀਨ ਹੋ ਗਿਆ, ਧਾਰਾ ਤੇ ਬਹਾਨਾ ਧਰਮ ਦਾ। ਦੁਕਾਨ ਚੱਲ ਪਈ, ਜਿਹੜਾ ਇੱਕ ਸਧਾਰਨ ਫੰਕਸ਼ਨ ਸੀ, ਸਧਾਰਨ ਜਸ਼ਨ ਸੀ, ਤਿਉਹਾਰ ਸੀ, ਉਹਨੂੰ ਇੱਕ ਧਰਮ ਦਾ ਤਿਉਹਾਰ ਬਣਾ ਕੇ ਬ੍ਰਾਹਮਣ ਨੇ ਆਪਣੀ ਕੈਦ ਵਿੱਚ ਕਰ ਲਿਆ। ਉਹਦੀ ਦੁਕਾਨ ਚੱਲ ਪਈ। ਲੋਕ ਦੀਵਾਲੀ ਮਨਾਉਣ ਲਈ ਦੀਵਾਲੀ ਤੋਂ ਪਹਿਲਾਂ ਮੰਦਰਾਂ ਵਿੱਚ ਜਾਣਾ ਜ਼ਰੂਰੀ ਹੈ, ਕਿਉਂਕਿ ਲਕਸ਼ਮੀ ਪੂਜਾ ਉਹਨੇ ਕਰਨੀ ਹੈ। ਸਾਰਾ ਆਡੰਬਰ ਚੁਫੇਰੇ ਮਨੁੱਖ ਦੇ ਇਸ ਦੀਵਾਲੀ ਦੇ ਨਾਮ 'ਤੇ, ਲਕਸ਼ਮੀ ਪੂਜਾ ਅਤੇ ਰਾਮ ਚੰਦਰ ਦਾ ਇਤਿਹਾਸ, ਇਹ ਸਾਰਾ ਕੁਝ ਜੋੜ ਕੇ ਇਹਨੂੰ ਸਮਾਜਿਕ ਇੱਕ ਸਧਾਰਨ ਫੰਕਸ਼ਨ ਨੂੰ, ਜਸ਼ਨ ਨੂੰ ਉਹ ਧਾਰਮਿਕ ਬਣਾ ਦਿੱਤਾ। ਦੁਕਾਨ ਚੱਲ ਸਧਾਰਨ ਹੋਣ ਕਰਕੇ ਇਸ ਲਈ ਸਾਰੇ ਲੋਕ ਸ਼ਾਮਿਲ ਹੁੰਦੇ ਸਨ। ਕਦੇ ਅੱਜ ਤੋਂ 50 ਸਾਲ ਪਿੱਛੇ ਪੈ ਗਏ, ਤੁਸੀਂ ਵੇਖੋਗੇ ਸਿੱਖ ਵੀ ਮੰਦਰਾਂ ਵਿੱਚ ਜਾਂਦੇ ਸਨ ਦੀਵਾਲੀ ਵਾਲੇ ਦਿਨ, ਲਕਸ਼ਮੀ ਪੂਜਾ ਵੀ ਕਰਦੇ ਸਨ। ਸਾਡੇ ਪੁਜਾਰੀਆਂ ਨੇ ਸਮਝਿਆ ਵੀ ਇਹ ਗੱਲ ਤਾਂ ਉਹਨਾਂ ਦੀ ਦੁਕਾਨ ਚੱਲ ਪਈ ਤੇ ਸਾਡੀ ਰਹਿ ਗਈ, ਸਾਡੇ ਲੋਕ ਵੀ ਉੱਥੇ ਜਾਣ ਲੱਗ ਪਏ। ਲੋਕ ਕੋਲ ਜਿਸ ਟਾਈਮ ਮੈਂ ਚੰਦਰ ਕਰਾਂ, ਸਾਡੇ ਪੁਜਾਰੀਆਂ ਨੇ ਸਮਝਿਆ ਵੀ ਸਾਡੀ ਦੁਕਾਨ ਦਾ ਤਾਂ ਮਸਲਾ ਸਾਡੇ ਨਾਲ ਹੈ, ਬ੍ਰਾਹਮਣ ਦੀ ਦੁਕਾਨ ਚੱਲ ਪਈ, ਲੋਕ ਮੰਦਰਾਂ 'ਚ ਜਾਣ ਲੱਗ ਪਏ, ਸਾਡੇ ਵੀ ਜਾਣ ਲੱਗ ਪਏ। ਕਮ ਸੇ ਕਮ ਸਾਡੇ ਤਾਂ ਜਾਣ, ਉਹ ਤਾਂ ਸਾਡੀ ਦੁਕਾਨ 'ਤੇ ਆਉਣ। ਉਹਨਾਂ ਆਖਿਆ ਜੇ ਹੋਰ ਕੁਝ ਨਹੀਂ ਹੁੰਦਾ ਤੇ ਬੰਦੀ ਛੋੜ ਦਾ ਇਤਿਹਾਸ ਹੀ ਨਾਲ ਜੋੜੋ। ਹਾਲਾਂਕਿ ਤੁਸੀਂ ਅੱਜ ਦੀ ਖੋਜ ਦੇ ਮੁਤਾਬਕ ਸਪਸ਼ਟ ਕਰਨਾ ਚਾਹੁੰਦਾ, ਬੰਦੀ ਛੋੜ ਦਾ ਤਾਰੀਖ ਵੀ ਦਿਨ ਵੀ ਨਹੀਂ ਮਿਲਦੇ। ਗਵਾਲੀਅਰ ਦੇ ਕਿਲੇ ਦਾ ਰਿਕਾਰਡ ਕਢਾ ਕੇ ਦੇਖ ਲਓ, ਉਹ ਵੀ ਕਢਾਇਆ ਗਿਆ, ਨਹੀਂ ਮਿਲਦੇ। ਫਿਰ ਇਹ ਵੀ ਫੈਸਲਾ ਕਰਦੇ ਕਿ ਬੰਦੀ ਛੋੜ ਦਾ ਮਤਲਬ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਉਹ ਦਿਨ ਹੈ, ਜਾਂ ਜਿਸ ਦਿਨ ਹਰਿਮੰਦਰ ਸਾਹਿਬ ਆਏ ਉਹ ਦਿਨ ਹੈ, ਕਿਉਂਕਿ ਦਰਮਿਆਨ ਦਾ 4 ਮਹੀਨੇ ਦਾ ਵਕਫਾ ਹੈ। ਉਦੋਂ ਕੋਈ ਹੁਣ ਵਾਲੀਆਂ ਟ੍ਰੇਨਾਂ 'ਤੇ ਹੈ ਨਹੀਂ ਸਨ, ਹਵਾਈ ਜਹਾਜ਼ਾਂ 'ਤੇ ਤਾਂ ਕਿਸੇ ਨੇ ਆਉਣਾ ਨਹੀਂ ਸੀ, ਘੋੜਿਆਂ 'ਤੇ ਆਉਣਾ ਸੀ। ਕਿੰਨੇ ਕੁ ਲੰਬੇ ਸਫ਼ਰ ਫਿਰ ਗੁਰੂ ਸਾਹਿਬ ਕੋਈ ਅਸੀਂ ਕਾਲ ਵਿੱਚ ਨਹੀਂ ਸਤਸੰਗ ਚਲਾਉਂਦੇ, ਹਰ ਥਾਂ 'ਤੇ ਸਿੱਖਿਆ ਦਿੰਦੇ, ਗੁਰੂ ਉਪਦੇਸ਼ ਕਰਦੇ। ਉੱਥੋਂ ਚੱਲ ਕੇ 4 ਮਹੀਨਿਆਂ ਵਿੱਚ ਗਵਾਲੀਅਰ ਦੇ ਕਿਲੇ ਤੋਂ ਹਰਿਮੰਦਰ ਸਾਹਿਬ ਪਹੁੰਚੇ। ਹੁਣ ਮੈਂ ਪੁੱਛਣਾ ਚਾਹੁੰਦਾ ਵੀ ਕਿਹੜਾ ਦਿਨ ਮਨਾ ਰਹੇ? ਉੱਥੋਂ ਚੱਲਣ ਦਾ ਕਿ ਇੱਥੇ ਪਹੁੰਚਣ ਦਾ? ਇੱਥੇ ਪਹੁੰਚਣ ਦਾ ਦਿਨ ਤਾਂ ਫਰਵਰੀ ਦਾ ਹੈ ਤਾਰੀਖਾਂ ਦੇ ਮੁਤਾਬਕ, ਪਰ ਮਸਲਾ ਇਹ ਨਾਲ ਕਿਉਂ ਜੋੜਿਆ ਗਿਆ? ਸਿਰਫ ਇਸ ਲਈ ਇੱਕ ਬ੍ਰਾਹਮਣ ਦੀ ਦੁਕਾਨ ਚੱਲ ਰਹੀ, ਇੱਕ ਸਾਡੀ ਦੁਕਾਨ ਚੱਲ ਪਵੇ? ਅੱਜ ਕੀ ਹੈ? ਸਿੱਖ ਨੇ ਗੁਰਦੁਆਰੇ ਜਾਣਾ ਦੀਵਾਲੀ, ਇਹ ਨਹੀਂ ਸਮਝਣਾ ਦੀਵਾਲੀ ਕੀ ਹੈ। ਲੋ ਹੁਣ ਮੈਂ ਇੱਥੇ ਰੁਕਣਾ ਚਾਹਾਂ। ਗੁਰੂ ਕਹਿੰਦੇ ਜਿਸ ਦੀਵੇ ਨੂੰ ਤੂੰ
ਬਾਲ ਕੇ ਦੀਵਾਲੀ ਮਨਾ ਰਿਹਾ ਹੈ, ਉਹ ਦੀਵਾ ਤੇ ਆਪ ਵਿਚਾਰਾ ਮੁਹਤਾਜ ਹੈ। ਦੋ ਚੀਜ਼ਾਂ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਗ੍ਰਹਿਣ ਨੇ, ਉਹ ਹੈ ਲਾਲਚ ਤੇ ਡਰ। ਸੰਸਾਰ ਅੰਦਰ ਕੋਈ ਮਨੁੱਖ ਆਪਣੇ ਅਸਲ ਮਕਸਦ ਤੋਂ ਥਿੜਕਦਾ ਤਾਂ ਦੋ ਚੀਜ਼ਾਂ ਕਰਕੇ, ਜਾਂ ਲਾਲਚ ਬਸ ਜਾਂ ਡਰ ਬਸ। ਮੈਂ ਪਰਸ ਕੀਤੀ ਸੀ, ਪੁਰਾਤਨ ਸਮੇਂ ਤੋਂ ਰਾਜੇ ਮਹਾਰਾਜੇ ਵੀ ਕਿਸੇ ਨੂੰ ਈਨ ਮਨਾਉਂਦੇ ਸਨ ਤੇ ਦੋ ਹੀ ਚੀਜ਼ਾਂ ਰੱਖਦੇ ਸਨ, ਜੇ ਤੂੰ ਮੇਰੀ ਗੱਲ ਮੰਨੇ ਤੈਨੂੰ ਆ ਜਗੀਰ ਦੇ ਦਿਆਂਗਾ। ਲਾਲਚ ਕੁਛ ਸਾਡੇ ਸੰਸਾਰ ਦੇ ਲੋਕ ਉਹਨਾਂ ਜਗੀਰਾਂ ਦੇ ਲਾਲਚ ਵਿੱਚ ਹਮੇਸ਼ਾ ਲਈ ਬਾਦਸ਼ਾਹ ਦੇ ਗੁਲਾਮ ਹੋ ਜਾਂਦੇ ਸਨ, ਤੇ ਜੇ ਤੂੰ ਮੇਰੀ ਗੱਲ ਨਾ ਮੰਨੇ ਮੌਤ ਦੇ ਘਾਟ ਉਤਾਰ ਦੇਂਗਾ, ਮਾਰ ਦੇਂਗਾ ਡਰ। ਤੇ ਗੁਰੂ ਨੇ ਤਾਂ ਬਾਣੀ ਚ ਇੱਥੋਂ ਤੱਕ ਕਹਿਤਾ ਕਿ ਸਵਰਗ ਤੇ ਨਰਕ ਵੀ ਇੱਕ ਲਾਲਚ ਤੇ ਡਰ ਹੈ। ਸਵਰਗ ਇੱਕ ਲਾਲਚ ਹੈ ਤੇ ਨਰਕ ਇੱਕ ਡਰ ਹੈ। ਤੇ ਗੁਰੂ ਨੇ ਕਹਿਤਾ ਸੁਰਗ ਨਰਕ ਤੇ ਮਹਿ ਰਹੇ ਹੋ, ਸਤਿਗੁਰ ਕੇ ਪ੍ਰਸਾਦ ਹੈ। ਸੁਰਗ ਵਾਸ ਨੇ ਬਚੀਏ, ਡਰ ਗਏ ਨਾ ਨਰਕ ਨਿਵਾਸ। ਮੈਂ ਤਾਂ ਉਹਦੇ ਹੁਕਮ ਵਿੱਚ ਆ, ਮੈਨੂੰ ਸਵਰਗ ਤੇ ਨਰਕ ਦਾ ਨਾ ਕੋਈ ਲਾਲਚ ਹੈ ਨਾ ਕੋਈ ਡਰ ਹੈ, ਕਿਉਂਕਿ ਦੋ ਚੀਜ਼ਾਂ ਮਨੁੱਖ ਨੂੰ ਹਮੇਸ਼ਾ ਆਪਣੇ ਏਮ ਤੋਂ ਥਿੜਕਾਉਂਦੀਆਂ ਨੇ, ਉਹ ਹੈ ਲਾਲਚ ਤੇ ਡਰ। ਤੇ ਗੁਰੂ ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਜਿਸ ਦੀਵੇ ਕੋਲੋਂ ਤੂੰ ਅਗਵਾਈ ਭਾਲਦਾ, ਚਾਨਣ ਹੈ ਕਿ ਅਗਵਾਈ ਤੈਨੂੰ ਰਸਤਾ ਦਿਖਾਉਂਦਾ, ਜਿਹੜੀ ਚੀਜ਼ ਦੀ ਪਛਾਣ ਤੇਰੇ ਕੋਲ ਖਤਮ ਹੋ ਜਾਏ ਉਹਦੀ ਪਛਾਣ ਕਰਨ ਵਾਸਤੇ ਤੈਨੂੰ ਚਾਨਣ ਚਾਹੀਦਾ। ਇੱਥੇ ਵੀ ਤਾਂ ਇਹੋ ਲਫ਼ਜ਼ ਨੇ ਕਹਿਣ ਲੱਗੇ, ਪ੍ਰਕਾਸ਼ ਹੋ ਜਾਣਾ, ਪ੍ਰਗਟ ਹੋ ਜਾਣਾ। ਹੁਣ ਇੱਥੇ ਰੁਕਣਾ, ਇੱਥੇ ਲਫ਼ਜ਼ ਪ੍ਰਗਟੇ ਹੋ ਕਿਉਂ, ਪ੍ਰਗਟੇ ਕਿਉਂ ਆਖਿਆ, ਪ੍ਰਗਟੇ ਹੋਰ ਚੀਜ਼ ਹੈ, ਬਾਲਣਾ ਹੋਰ ਚੀਜ਼ ਹੈ। ਬਾਲਣ ਲਈ ਬਹੁਤ ਸਾਰਾ ਸਮਾਨ ਇਕੱਠਾ ਹੋ ਕਰਨਾ ਪੈਂਦਾ, ਦੀਵਾ ਚਾਹੀਦਾ ਹੈ, ਬੱਤੀ ਚਾਹੀਦੀ ਹੈ, ਤੇਲ ਚਾਹੀਦਾ ਹੈ, ਬਾਲਣ ਵਾਲਾ ਚਾਹੀਦਾ ਹੈ, ਚਿੰਗਾਰੀ ਚਾਹੀਦੀ ਹੈ। ਪਰ ਜਿਹੜੀ ਚੀਜ਼ ਪ੍ਰਗਟ ਹੋ ਜਾਏ ਇਹਦਾ ਮਤਲਬ ਪਹਿਲੇ ਵੀ ਹੈ। ਗੁਰੂ ਕਹਿੰਦਾ ਮੈਂ ਬਾਲਣ ਵਾਲੇ ਦੀਵੇ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਪ੍ਰਗਟ ਹੋਣ ਵਾਲੇ ਦੀਵੇ ਦੀ ਗੱਲ ਕਰ ਰਿਹਾ। ਦੋਵਾਂ ਚ ਫਰਕ ਹੈ, ਉਹ ਜਿਹੜਾ ਬਾਲਣ ਵਾਲਾ ਦੀਵਾ ਹੈ ਨਾ, ਉਹ ਲਾਲਚ ਤੇ ਡਰ ਅਧੀਨ ਹੈ। ਲਾਲਚ ਉਹਨੂੰ ਤੇਲ ਦਾ, ਜਿੱਥੇ ਤੇਲ ਮੁੱਕ ਗਿਆ ਤੇਲ ਪਾਓ, ਨਹੀਂ ਤੇ ਮੈਂ ਬੁੱਝ ਲਿਆ, ਮੈਂ ਚਾਨਣ ਨਹੀਂ ਦੇਵਾਂ, ਮੇਰਾ ਜੀਵਨ ਤਾਂ ਲਾਲਚ ਤੇ ਖੜਾ। ਪਰ ਇੱਕ ਹੋਰ ਖਿਆਲ ਕਰ, ਮੈਨੂੰ ਡਰ ਵੀ ਬਹੁਤ ਲੱਗਦਾ, ਕਿਤੇ ਹਵਾ ਦਾ ਬੁੱਲਾ ਨਾ ਆ ਜਾਵੇ, ਮੈਨੂੰ ਉੱਥੋਂ ਵੀ ਬਚਾ ਕੇ ਰੱਖਿਓ। ਲੋ ਹਵਾ ਦਾ ਬੁੱਲਾ ਆ ਜਾਵੇ, ਉਸ ਡਰ ਨਾਲ ਮਰ ਜਾਂਦਾ, ਜੇ ਤੇਲ ਮੁੱਕ ਜਾਏ ਉਸ ਲਾਲਚ ਨਾਲ ਮਰ ਜਾਂਦਾ। ਕੈਸਾ ਜੀਵਨ, ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਮੈਂ ਉਸ ਦੀਵੇ ਦੀ ਗੱਲ ਕਰਨਾ, ਪਾਣੀ ਮਰੇ ਨਾ ਬੁਝਾਇਆ ਜਾਏ, ਪਾਣੀ ਮਰੇ ਨਾ ਬੁਝਾਇਆ ਜਾਏ, ਐਸਾ ਦੀਵਾ ਨਿਰੰਦਰ ਡੋਲੇ ਵਾਓ ਨਾ। ਕਿਸੇ ਵਾਹ ਦੇ ਬੁੱਲੇ ਨਾਲ, ਹਵਾ ਦੇ ਬੁੱਲੇ ਨਾਲ ਉਹਦੀ ਲਾਟ ਡੋਲਦੀ ਨਹੀਂ, ਖਤਰਾ ਕੋਈ ਤੇ ਉਹ ਦੀਵਾ ਵੱਡਾ ਵੀ ਨਹੀਂ ਹੁੰਦਾ। ਇਹ ਪੁਰਾਣੀ ਬੋਲੀ ਵਰਤੀ ਗਈ, ਕਿਉਂਕਿ ਪੁਰਾਤਨ ਸਮੇਂ ਅੰਦਰ ਮਾਵਾਂ ਕਹਿੰਦੀਆਂ ਸਨ ਦੀਵਾ ਬੁਝਾ ਦੇਣਾ, ਬੋਲੀ ਚੰਗੀ ਨਹੀਂ, ਕਹਿੰਦੀਆਂ ਸਨ ਦੀਵਾ ਵੱਡਾ ਕਰ ਦਿਓ।
ਵਜਾ ਦਿਓ। ਇੱਥੇ ਗੁਰੂ ਨੇ ਉਹੀ ਬੋਲੀ ਬੋਲੀ ਵਰਤੀ। ਕਹਿਣ ਲੱਗੇ ਜਿਹੜੇ ਜਿਹੜੀ ਜਿਹੜਾ ਦੀਵਾ ਡਰ ਤੇ ਲਾਲਚ ਦੋਵਾਂ ਦੇ ਦਰਮਿਆਨ ਖੜਾ, ਡਰ ਉਹਨੂੰ ਹਵਾ ਦੇ ਬੁੱਲੇ ਦਾ, ਜਿਹੜੇ ਲੋਕ ਜੋਤਾਂ ਵੀ ਅਖੰਡ ਪਾਠ ਨਾਲ ਜਗਾਉਂਦੇ ਨੇ ਉਹ ਤੁਸੀਂ ਕਦੇ ਵੇਖੋ, ਬੜਾ ਬਚਾ ਕੇ ਸਵਾਰ ਉਹਨਾਂ ਨੇ ਸ਼ੀਸ਼ੇ ਦੇ ਬਕਸੇ ਬਣਾਏ ਨੇ ਉਹਦੇ ਵਿੱਚ ਜਗਾਉਂਦੇ ਨੇ। ਡਰ ਹੈ ਉਹਨਾਂ ਦੀ ਜੋਤ ਨੂੰ ਕਿਤੇ ਬੁੱਝ ਨਾ ਜਾਏ, ਮੇਰੀ ਜੋਤ ਨੂੰ ਤਾਂ ਕੋਈ ਡਰ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋਤ ਨੂੰ ਕੋਈ ਡਰ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਬਾਬਰ ਦਾ ਡਰ ਨਹੀਂ ਸੀ, ਉਹਨੂੰ ਜਹਾਂਗੀਰ ਦਾ ਡਰ ਨਹੀਂ ਸੀ, ਉਹਨੂੰ ਔਰੰਗਜ਼ੇਬ ਦਾ ਡਰ ਨਹੀਂ ਸੀ, ਨਾ ਉਹਨੂੰ ਜਗੀਰਾਂ ਚਾਹੀਦੀਆਂ ਸਨ। ਐਸੀ ਜੋਤ ਪਰ ਜਿਹੜੀ ਜੋਤ ਅਸੀਂ ਜਗਾਈ ਉਹਨੂੰ ਅਸੀਂ ਸ਼ੀਸ਼ੇ ਵਿੱਚ ਲੁਕਾ ਲੁਕਾ ਰੱਖਿਆ, ਕਿਤੇ ਹਵਾ ਦਾ ਬੁੱਲਾ ਨਾ ਆ ਜਾਏ, ਬੁੱਝ ਨਾ ਜਾਏ। ਕਹਿਣ ਲੱਗੇ ਜਿਹੜੀ ਲਾਲਚ ਤੇ ਡਰ ਵਿੱਚ ਖਲੋਤਾ ਦੇਵਾ ਹੈ ਨਾ, ਮੈਨੂੰ ਉਹ ਨਹੀਂ ਚਾਹੀਦਾ। ਦੀਵਾ ਚਾਹੀਦਾ, ਚਾਨਣ ਦੀ ਮੈਨੂੰ ਲੋੜ ਹੈ, ਪਰ ਉਹ ਚਾਨਣ ਕਿਉਂ ਲੋੜ ਹੈ ਆਹ ਗੱਲ ਸਮਝਣੀ। ਕਹਿਣ ਲੱਗੇ ਅੰਧੇਰੇ ਦੀ ਕੀ ਨਿਸ਼ਾਨੀ ਹੈ, ਉਹਦੇ ਵਿੱਚ ਦੋ ਚੀਜ਼ਾਂ ਪੈਦਾ ਹੁੰਦੀਆਂ ਨੇ, ਕਦੇ ਦੋਵਾਂ ਦਾ ਜ਼ਿਕਰ ਕੀਤਾ। ਅੰਧੇਰੇ ਵਿੱਚ ਦੋ ਚੀਜ਼ਾਂ ਪੈਦਾ ਹੁੰਦੀਆਂ ਨੇ, ਭਰਮ ਤੇ ਭੈ। ਅੰਧੇਰੇ ਵਿੱਚ ਭਰਮ ਬਣਦਾ ਹੈ, ਜਿਹਦਾ ਮਤਲਬ ਹੁੰਦਾ ਹੈ ਭੁਲੇਖਾ, ਭਰਮ। ਅੰਧੇਰੇ ਵਿੱਚ ਭਰਮ ਕੀ ਹੈ, ਕੋਈ ਬੰਦਾ ਤੁਰਿਆ ਆਉਂਦਾ ਹੋਵੇ ਭੂਤ ਦਿਸਦਾ ਹੈ, ਪਛਾਣ ਨਹੀਂ ਹੁੰਦੀ, ਭਰਮ ਪੈ ਗਈ, ਭੁਲੇਖਾ ਪੈ ਗਿਆ। ਕੋਈ ਤੁਰਿਆ ਆਉਂਦਾ ਕੌਣ ਹੈ, ਆਪਣੇ ਬਗਾਨੇ ਦੀ ਕੋਈ ਪਛਾਣ ਨਹੀਂ। ਭਰਮ ਸਾਹਮਣੇ ਰੱਸੀ ਪਈ ਹੈ, ਭਰਮ ਪੈ ਗਿਆ ਸੱਪ ਤੇ ਨਹੀਂ, ਸੱਪ ਤੇ ਰੱਸੀ ਦਾ ਭਰਮ ਕਿਵੇਂ ਪਿਆ ਅੰਧੇਰੇ ਵਿੱਚ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਿਛ ਮਰਮ ਜਨਾਇਆ। ਮੈਨੂੰ ਗੁਰੂ ਨੇ ਬਖਸ਼ਿਸ਼ ਕਰਕੇ ਇੱਕ ਚਾਨਣ ਦੇ ਦਿੱਤਾ, ਮੈਨੂੰ ਹੁਣ ਰੱਸੀ ਤੇ ਸੱਪ ਦਾ ਭੁਲੇਖਾ ਨਹੀਂ ਪਾਇਆ ਜਾ ਸਕਦਾ। ਇਹ ਭਰਮ ਓਨੀ ਦੇਰ ਸੀ ਜਿੰਨੀ ਦੇਰ ਮੇਰੇ ਕੋਲ ਅਗਿਆਨਤਾ ਦਾ ਅੰਧੇਰਾ ਸੀ। ਤੋ ਭਰਮ ਕੀ ਹੈ ਜਿਹਦੇ ਨਾਲ ਭੁਲੇਖਾ ਪੈਂਦਾ ਹੈ, ਇਹ ਮਨੁੱਖ ਹੈ ਕਿ ਭੂਤ ਹੈ, ਇਹ ਮੇਰਾ ਦੁਸ਼ਮਣ ਹੈ ਕਿ ਮਿੱਤਰ ਹੈ, ਪਛਾਣ ਕੋਈ ਨਹੀਂ, ਕਿਉਂਕਿ ਅੰਧੇਰਾ ਹੈ। ਇਹ ਰੱਸੀ ਹੈ ਕਿ ਸੱਪ ਹੈ, ਭੁਲੇਖਾ ਪੈ ਗਿਆ, ਭਰਮ ਪੈ ਗਿਆ। ਤੇ ਦੂਜਾ ਭਰਮ ਤੋਂ ਬਾਅਦ ਫਿਰ ਜਨਮ ਲੈਂਦਾ ਉਹ ਹੈ ਪਿਆ ਹੈ ਮਨੁੱਖ। ਜਦੋਂ ਮਨੁੱਖ ਨੂੰ ਆਉਣ ਵਾਲੇ ਮਨੁੱਖ ਨੂੰ ਭੂਤ ਸਮਝ ਲੈਂਦਾ ਤਾਂ ਹੀ ਡਰਦਾ ਨਾ, ਫਿਰ ਉਹਨੂੰ ਪੈ ਪੈਦਾ ਹੁੰਦਾ। ਜਦੋਂ ਰੱਸੀ ਨੂੰ ਸੱਪ ਸਮਝ ਲਵੇ ਉਹਦੇ ਤੋਂ ਪੈ ਪੈਦਾ ਹੁੰਦਾ, ਡਰ ਹੁੰਦਾ ਰਸਤੇ ਵਿੱਚ ਸੱਪ ਬੈਠਾ। ਉਹਦੇ ਕੋਲ ਜਿੰਨਾ ਭੈ ਹੈ ਉਹ ਭਰਮ ਤੋਂ ਬਾਅਦ ਜਨਮ ਲੈਂਦਾ ਹੈ। ਸੱਜਣ ਤੇ ਦੁਸ਼ਮਣ ਦੀ ਪਛਾਣ ਕੋਈ ਨਹੀਂ, ਭੈ। ਰਾਤ ਦੇ ਅੰਧੇਰੇ ਵਿੱਚ ਕੀ ਹੁੰਦਾ ਹੈ ਅੰਧੇਰਾ, ਉਸ ਅੰਧੇਰੇ ਵਿੱਚ ਰੱਸੀ ਤੇ ਸੱਪ ਦਾ ਭਰਮ ਪੈ ਸਕਦਾ, ਆਪਣੇ ਤੇ ਬੇਗਾਨੇ ਦਾ ਭਰਮ ਪੈ ਸਕਦਾ, ਮਿੱਤਰ ਤੇ ਦੁਸ਼ਮਣ ਦਾ ਭਰਮ ਪੈ ਸਕਦਾ। ਪਰ
ਖਿਆਲ ਦਿੱਤੇ ਨੇ, ਕਹਿਣ ਲੱਗੇ ਫਿਰ ਉਹਦੇ ਤੋਂ ਪੈਦਾ ਹੁੰਦਾ ਹੈ ਭੈ ਡਰ, ਭਰਮ ਤੋਂ ਬਾਅਦ ਭੈ ਪੈਦਾ ਹੁੰਦਾ ਹੈ। ਅਤੇ ਜੇ ਦਿਨ ਛੱਡਦਾ ਨਾ ਭਰਮ ਰਹਿ ਗਿਆ ਨਾ ਪੈ ਰਹਿ ਗਿਆ, ਦੋਨੋਂ ਚੀਜ਼ਾਂ ਖਤਮ ਹੋ ਗਈਆਂ। ਜਿੱਥੇ ਭਰਮ ਰਹੇਗਾ ਉੱਥੇ ਪੈ ਰਹੇਗਾ। ਗੁਰੂ ਨੇ ਗੱਲ ਹੋਰ ਕਹਿ ਦਿੱਤੀ ਆ ਇਸੇ ਸ਼ਬਦ ਦਾ ਆਰੰਭ, ਕਹਿਣ ਲੱਗੇ ਮੈਨੂੰ ਦੁੱਖ ਹੈ ਕਿ ਤੇਰੇ ਕੋਲ ਅਗਿਆਨਤਾ ਦਾ ਅੰਧੇਰਾ ਐਸਾ ਪੈਦਾ ਹੋ ਗਿਆ ਕਿ ਜਿਸ ਪਿਤਾ ਨੇ ਤੈਨੂੰ ਜਨਮ ਦਿੱਤਾ ਸੀ ਤੂੰ ਉਹਨੂੰ ਵੀ ਇਸ ਅੰਧੇਰੇ ਵਿੱਚ ਨਹੀਂ ਪਛਾਣ ਸਕਿਆ। ਲਓ ਜਿਸ ਤੇ ਉਪਜਿਆ ਤਿਸੇ ਪਛਾਣ, ਕੈਸਾ ਅੰਧੇਰਾ ਮੈਨੂੰ ਤੇ ਵੀ ਨਹੀਂ ਪਤਾ ਗੁਰੂ ਕਿਹੜਾ। ਰੱਸੀ ਤੇ ਸੱਪ ਨੂੰ ਪਛਾਣਨਾ ਤਾਂ ਇੱਕ ਪਾਸੇ ਰਿਹਾ, ਮਨੁੱਖ ਨੂੰ ਤੇ ਭੂਤ ਦਾ ਵੇਰਵਾ ਕਰਨਾ ਇੱਕ ਪਾਸੇ ਰਿਹਾ, ਤੂੰ ਤੇ ਅਜੇ ਤੱਕ ਇਹ ਵੇਰਵਾ ਨਹੀਂ ਕਰ ਸਕਿਆ ਤੇਰਾ ਗੁਰੂ ਕਿਹੜਾ। ਜਿਸ ਤੇ ਉਪਜਿਆ ਕਿਸੇ ਪਛਾਣ, ਹਾਲਾਂਕਿ ਗੁਰੂ ਆਵਾਜ਼ ਦੇ ਰਿਹਾ ਸੀ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਜਿਹਦੇ ਤੋਂ ਪੈਦਾ ਹੋਇਆ ਉਸੇ ਨੂੰ। ਜੇ ਅਸੀਂ ਬਾਣੀ ਅੰਦਰ ਵੀ ਪੜ੍ਹ ਲਿਆ ਤੇ ਇੱਥਾਂ ਤੇ ਐਗਜ਼ਾਮਪਲ ਹੈ, ਗੁਰੂ ਕਹਿੰਦੇ ਨੇ ਬ੍ਰਹਮਾ ਕਿਉਂ ਸਜ਼ਾ ਭੁਗਤ ਰਿਹਾ, ਕਿਉਂਕਿ ਜਿਸ ਥਾਂ ਤੋਂ ਪੈਦਾ ਹੋਇਆ ਉਹਨੂੰ ਆਪਣੇ ਪੈਦਾ ਕਰਨ ਵਾਲੇ ਦਾ ਪਤਾ ਨਹੀਂ ਲੱਗਾ। ਬ੍ਰਹਮਾ ਉਹਨਾਂ ਦੇ ਇਤਿਹਾਸ ਮਿਥਾਸ ਮੁਤਾਬਕ ਨਾ ਕਮਲ ਤੋਂ ਪੈਦਾ ਹੋਇਆ, ਕਮਲ ਦੀ ਡੰਡੀ ਤੋਂ, ਤੇ ਮੁੜ ਵਾਪਸ ਚਲਾ ਗਿਆ ਭਲਾ ਦੌੜਾਂ ਵੇਖਾਂ ਮੈਂ ਕਿੱਥੋਂ ਪੈਦਾ ਹੋਇਆ। ਹੈ ਅਜੀਬ ਗੱਲ, ਉਹ ਤਾਂ ਮਤਲਬ ਤੈਨੂੰ ਆਪਣੇ ਪੈਦਾ ਕਰਨ ਵਾਲੇ ਦਾ ਵੀ ਪਤਾ ਨਹੀਂ। ਕਈ ਹਜ਼ਾਰ ਵਾਰਾਂ ਥੱਲੇ ਹੀ ਤੁਰਿਆ ਗਿਆ, ਕੋਸ਼ਿਸ਼ ਕਰਦਾ ਰਿਹਾ ਮੈਨੂੰ ਆਪਣੇ ਮੂਲ ਦਾ ਪਤਾ ਲੱਗ ਜਾਏ, ਨਾ ਪਛਾਣ ਸਕਿਆ। ਇਹ ਉਹਨਾਂ ਦਾ ਮਿਥਾਸ ਹੈ, ਸਾਡੇ ਲਈ ਇੱਕ ਐਗਜ਼ਾਮਪਲ ਹੈ। ਤੇ ਗੁਰੂ ਕਹਿੰਦੇ ਨੇ ਜਿੰਨੀ ਦੇਰ ਤੂੰ ਅਗਿਆਨਤਾ ਦੇ ਅੰਧੇਰੇ ਵਿੱਚ ਰਹੇਗਾ, ਤੂੰ ਇਹਨਾਂ ਦੀਵਿਆਂ ਦੇ ਚਾਨਣ ਤੋਂ ਆਪਣੇ ਜੀਵਨ ਦੀ ਰੋਸ਼ਨੀ ਆਪਣੇ ਜੀਵਨ ਦੇ ਰਸਤੇ ਢੂੰਡਦੇ ਰਹੇਗਾ। ਇਹ ਤੇ ਆਪ ਮੁਹਤਾਜ ਨੇ, ਆਪ ਲਾਲਚ ਜੰਡਾ ਨਵਸ ਨੇ, ਤੇਰਾ ਲਾਲਚ ਜੰਡਾ ਵੀ ਖਤਮ ਨਹੀਂ ਹੋਣਾ। ਜੇ ਤੂੰ ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਚਾਨਣ ਵਿੱਚ ਆ ਜਾਏ ਤਾਂ ਵਿਸ਼ਵਾਸ ਕਰ, ਤੇਰੇ ਲਈ ਪਹਿਲੀ ਡਿਊਟੀ ਇਹ ਹੈ ਕਿ ਜਿਸ ਤੇ ਉਪਜਿਆ ਕਿਸੇ ਪਛਾਣ ਚਾਨਣ ਵੇਖ। ਜੇ ਤੂੰ ਦੀਵਾਲੀ ਮਨਾਵੇ ਉਹਨਾਂ ਦੀਵਿਆਂ ਦੀ ਜਿਹੜੇ ਲਾਲਚ ਤੇ ਡਰ ਵਿੱਚ ਨੇ, ਤੇਰੇ ਕੋਲ ਆਪਣਾ ਪ੍ਰਭੂ ਗੁਰੂ ਨਹੀਂ ਪਛਾਣਿਆ ਜਾਣਾ। ਤੂੰ ਗੁਰਦੁਆਰੇ ਜ਼ਰੂਰ ਆਏਗਾ ਪਰ ਗੁਰੂ ਦੀ ਪਛਾਣ ਤੇਰੇ ਕੋਲ ਕੋਈ ਨਹੀਂ ਆਉਗੀ। ਇੱਕ ਖਿਆਲ ਕਰ, ਜੇ ਤੂੰ ਚਾਹੇ ਉਹਨਾਂ ਦੀਵਿਆਂ ਨਾਲ ਮੈਂ ਆਪਣੇ ਰੱਬ ਨੂੰ ਪਛਾਣ ਲਾਂ, ਬਿਲਕੁਲ ਨਹੀਂ ਪਛਾਣਿਆ ਜਾਣਾ। ਸਦੀਆਂ ਬੀਤ ਗਈਆਂ ਨੇ ਤੈਨੂੰ ਦੀਵਾਲੀਆਂ ਮਨਾਉਂਦਿਆਂ, ਹਰ ਸਾਲ ਹੀ ਤੂੰ ਦੀਵਾਲੀਆਂ ਮਨਾਈਆਂ ਨੇ, ਪਰ ਕਿਉਂਕਿ ਤੂੰ ਉਹਨਾਂ ਦੀਵਿਆਂ ਦੀਆਂ ਦੀਵਾਲੀਆਂ ਮਨਾਈਆਂ ਨੇ ਜਿਹੜੇ ਲਾਲਚ ਦਾ ਡਰ ਵਿੱਚ ਜਿਉਂਦੇ ਨੇ, ਜਿਨ੍ਹਾਂ ਦਾ ਆਪਣਾ ਜੀਵਨ ਆਪਣੇ ਹੱਥ ਨੇ। ਇਹੋ ਕਾਰਨ ਹੈ ਤੈਨੂੰ ਵੀ ਉਸ ਦੀਵਿਆਂ ਦੇ ਚਾਨਣ ਵਿੱਚ ਗੁਰੂ ਦੀ ਪਛਾਣ ਨਹੀਂ ਹੋਈ, ਤੈਨੂੰ ਵੀ ਉਹਨਾਂ ਦੀਵਿਆਂ ਦੇ ਚਾਨਣ ਵਿੱਚ ਆਪਣੇ ਰੱਬ ਦੀ ਪਛਾਣ ਨਹੀਂ ਹੋਈ। ਤੇ ਜੇ ਤੂੰ ਜਿਹੜਾ ਅੰਧੇਰੇ ਨੂੰ ਚਾਨਣ ਕਰਕੇ ਤੇਰੇ ਭਰਮ ਭੈ ਦਾ ਨਾਸ ਕਰੇ, ਚਾਨਣ ਉਹ ਹੈ। ਇਹ ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਦਾ, ਕਹਿੰਦੇ ਨੇ ਭਰਿਆ ਜਿਸ ਤੇ ਉਪਜਿਆ ਕਿਸੇ ਪਛਾਣ। ਮੈਂ ਸਮਝਿਆ ਤੇ ਦਿਨ ਤਾਂ ਚੜਿਆ, ਮੈਂ ਸਮਝਿਆ ਚਾਨਣ ਤਾਂ ਹੋਇਆ ਜੇ ਤੂੰ ਉਹਨੂੰ ਪਛਾਣ ਲੈ। ਮੈਂ ਸਮਝਿਆ ਤੇਰੀ ਦੀਵਾਲੀ ਤਾਂ ਬਣੀ ਹੈ ਜੇ ਤੂੰ ਉਹਨੂੰ ਪਛਾਣ ਲੈ। ਜਿਸ ਤੇ ਉਪਜਿਆ ਕਿਸੇ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ। ਫਿਰ ਕਹਿਣ ਲੱਗੇ ਗੁਰਪੂਰਾ ਭੇਟਿਓ ਵਡਭਾਗੀ। ਆ ਮੈਂ ਤੈਨੂੰ ਦੱਸਾਂ ਉਹ ਦੀਵਾ ਕਿਵੇਂ ਜਗਦਾ ਹੈ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਆ ਮੈਂ ਤੈਨੂੰ ਸਮਝਾਵਾਂ ਉਹ ਚਾਨਣ ਕਿਵੇਂ ਹੁੰਦਾ ਹੈ ਜਿਹਦੇ ਵਿੱਚ ਤੇਰਾ ਭਰਮ ਭੈ ਮਿਟੇ। ਤੂੰ ਕੀ ਅਜੇ ਤੱਕ ਸੱਪ ਤੇ ਰੱਸੀ ਦਾ ਫੈਸਲਾ ਨਹੀਂ ਕਰ ਸਕਿਆ, ਦਿਨ ਰਾਤ ਭਰਮ ਭੈ ਵਿੱਚ ਹੀ ਬਿਤਾ ਰਿਹਾ ਹੈ, ਦੀਵਾਲੀਆਂ ਮਨਾ ਰਿਹਾ ਹੈ ਬੈਠਾ ਭਰਮ ਭੈ ਵਿੱਚ। ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਗੁਰਪੂਰਾ ਗੁਰਪੂਰਾ
दीपक बढ़िया की होएगा देखो भाई ज्ञान की आई आंधी सबे उड़ानी भरम की टाटी भरम पहले मिटेंगे फिर तू ये नहीं आखेंगा ये रस्सी के साथ पे कहने लगे सबे उड़ानी भरम की टाटी रहे ना माया बंदी दुचित्ते की दोए थून ग्रहणी परम दुचित्ता पन की है परम पता नहीं आए क्या मोह बलेडा टूटा लालच तृष्णा छान परी तह ऊपर दुर्मत पांडा फूटा क्योंकि मैं उस छान विच बैठा अंधेरे विच सांदर जोत नहीं सजा रहे कहने लगे आंधी पाछे जो जल बरखे तह तेरा जन पीना कह कबीर मन भया प्रगासा प्रकाश हो गया प्रगटे जाना आ फर्क है दीवा बालना नहीं पैंदा ये दीवे सानू बालने पैंदे ने वो दीवा प्रगट हुंदा है कहंदे ने इसे तरह जिवें छन विचों बाहर निकलन दी देर सी छन टुटन दी देर सी हुण चानण प्रगट हो गया है सूरज नू किसे ने बालिया नहीं भी मैं अज सूरज बाल लवां ने हुंदा चानण तां प्रगट हुंदा है ज्यों कर सूरज निकलिया तारे छुपे अंधेर पड़ोआ कहन लगे अपनी रचना तो बाबा कबीर जी ने भी अखीरली लाइन अंदर गल कही कह कबीर जन मन भया प्रगासा उदय भान जब चीना पान कहंदे ने सूरज उदय कहंदे ने चढ़न उदय होना कहन लगे जिस दिन अंदर सूरज उदय हो गया उस दिन ये पान ये सूरज की रोशनी जिहड़ी है वो अंदर प्रकाश कर देवेगी फिर ना उत्थे परम रहेगा ना उत्थे भय रहेगा इन्हां दीवियां नाल ना परम जाना है ना भय जाना है गुरु कहिंदे ने
ਦੀਵਿਆਂ ਨਾਲ ਮਨ ਦਾ ਅੰਧੇਰਾ, ਅਗਿਆਨਤਾ ਦਾ ਅੰਧੇਰਾ ਦੂਰ ਨਹੀਂ ਹੋਣਾ। ਇਹੋ ਕਾਰਨ ਸਦੀਆਂ ਤੋਂ ਅਸੀਂ ਇਹ ਦੀਵੇ ਬਾਲ ਬਾਲ ਰੱਖਦੇ ਰਹੇ, ਪਰ ਅਜੇ ਤੱਕ ਸਦੀਆਂ ਬਾਅਦ ਗੁਰੂ ਨੂੰ ਵੀ ਇਸ ਚਾਨਣ ਵਿੱਚ ਨਾ ਪਛਾਣ ਸਕੇ। ਪਰ ਜਿਸ ਦਿਨ, ਕਿਉਂਕਿ ਉਹ ਦੀਵੇ ਸਾਡੇ ਮੁਹਤਾਜ ਨੇ, ਅਸੀਂ ਕਿਤੋਂ ਦੀਵਾ ਲਿਆਉਂਦਾ ਹੈ, ਕਿਤੋਂ ਤੇਲ ਲਿਆਉਂਦਾ ਹੈ, ਕਿਤੋਂ ਬੱਤੀ ਬਣਾਈ ਹੈ, ਫਿਰ ਚਿੰਗਾਰੀ ਲਾ ਕੇ ਬਾਲਿਆ, ਅਸੀਂ ਬਾਲਿਆ ਹੈ, ਦੀਵਾ ਪ੍ਰਗਟ ਨਹੀਂ ਹੋਇਆ। ਪ੍ਰਗਟ ਹੁੰਦਾ ਜਿਉਂ ਕਰ ਸੂਰਜ ਨਿਕਲਿਆ, ਉਹ ਪ੍ਰਗਟ ਗੁਰੂ ਕਰਦਾ ਜਿਹੜਾ ਗਿਆਨ ਦਾ ਸੂਰਜ ਅੰਦਰ ਚੜ੍ਹਾਉਂਦਾ। ਐਵੇਂ ਨਹੀਂ ਗੁਰੂ ਨੇ ਆਖ ਦਿੱਤਾ, ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ ਉਹ ਅੰਧਕਾਰ। ਕਿਉਂਕਿ ਇੱਥੇ ਤਾਂ ਬੜੀ ਅਜੀਬ ਗੱਲ ਹੈ, ਜਿਸ ਦਿਨ ਨੂੰ ਅਸੀਂ ਆਪਦੇ ਨਾਲ ਜੋੜ ਲਿਆ ਹੈ, ਸਿਰਫ ਕੇਵਲ ਬ੍ਰਾਹਮਣ ਵਾਂਗੂ ਆਪਣੀ ਦੁਕਾਨ ਚਲਾਉਣ ਲਈ ਲੋਕਾਂ ਨੂੰ ਇਹ ਨਹੀਂ ਆਖਿਆ ਤੁਸੀਂ ਇਹ ਦੀਵੇ ਛੱਡੋ, ਆਖਿਆ ਦੀਵੇ ਜਗਾਓ, ਸਿਰਫ ਗੁਰਦੁਆਰੇ ਆਓ, ਜੇ ਤੁਹਾਨੂੰ ਉਵੇਂ ਨਾ ਆਵੇ ਤਾਂ ਇਹ ਗੱਲ ਮੰਨ ਕੇ ਆਓ ਵੀ ਇਹ ਸਾਡਾ ਬੰਦੀ ਛੋੜ ਦੇਣਾ। ਇਹ ਤਾਂ ਇੱਕ ਦਾ ਬਹਾਨੇ ਨੇ, ਉਹਨੇ ਰਾਮ ਚੰਦਰ ਦਾ ਇਤਿਹਾਸ ਬਣਾ ਕੇ ਬਹਾਨਾ ਬਣਾ ਲਿਆ ਆਪਣੀ ਦੁਕਾਨ ਚਲਾਉਣ ਲਈ। ਅਸੀਂ ਪਰ ਕਿਸੇ ਦੇ, ਅਸੀਂ ਅੰਦਰ ਦੀ ਰੋਸ਼ਨੀ ਨੂੰ ਨਹੀਂ ਬਦਲਿਆ, ਉਹਨੂੰ ਸਮਝਾਇਆ ਨਹੀਂ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਭਾਈ ਗੁਰਦਾਸ ਜੀ ਦੇ ਇੱਕ ਲਫ਼ਜ਼ ਨੇ, ਉਹ ਕਹਿੰਦੇ ਨੇ ਸਤਿਗੁਰ ਬੰਦੀ ਛੋੜ ਹੈ। ਭਾਈ ਗੁਰਦਾਸ ਜੀ, ਸਤਿਗੁਰ ਬੰਦੀ ਛੋੜ ਹੈ, ਅਤੇ ਬੰਦੀ ਛੋੜ ਕੀ ਹੈ? ਗੁਰਹੀਰ ਤੋਂ ਰਾਜਿਆਂ ਨੂੰ ਉਹਦਾ ਜ਼ਿਕਰ ਨਹੀਂ ਕੀਤਾ, ਰਾਜਿਆਂ ਨੂੰ ਛੋੜਾ ਕਲਿਆਣ ਵਾਲਾ ਬੰਦੀ ਛੋੜ ਕਹਿਣ ਲੱਗੇ ਨੇ। ਜੀਵਨ ਮੁਕਤ ਕਰੇ ਅੜੀ ਨਾ, ਭਾਈ ਗੁਰਦਾਸ ਜੀ, ਜਿਹੜਾ ਤੂੰ ਮਾਇਆ ਕੇ ਸੰਗਲ ਬੰਧ ਲਿਆ, ਜਿਹੜਾ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਾਲ ਵਿੱਚ ਫਸਿਆ ਹੋਇਆ ਹੈ, ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉਂ ਫਹਾਵਤ ਹੈ, ਇਹ ਜਿਹੜੀ ਤੇਰੀ ਹਾਲਤ ਬਣੀ ਹੋਈ ਹੈ, ਵਿਸ਼ਵਾਸ ਕਰ, ਇਹਦੇ ਵਿੱਚੋਂ ਤੈਨੂੰ ਮੁਕਤ ਕਰਾ ਕੇ ਗੁਰੂ ਲਿਆਉਂਦਾ ਹੈ, ਇਹਦਾ ਨਾਂ ਹੈ ਬੰਦੀ ਛੋੜ। ਭਾਈ ਗੁਰਦਾਸ ਜੀ ਕਹਿੰਦੇ ਨੇ ਬੰਦੀ ਛੋੜ ਦਾ ਮਤਲਬ ਹੈ ਤੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੈਨੂੰ ਈਰਖਾ ਦੁਵੇਖਤਾ ਸੰਸਾਰ ਦੇ ਵਿਕਾਰਾਂ ਦੀ ਉਸ ਜਾਲ ਵਿੱਚੋਂ ਕੱਢ ਕੇ ਬਾਹਰ ਲੈ ਆਵੇ, ਉਹਦਾ ਨਾਂ ਹੈ ਸਤਿਗੁਰ ਬੰਦੀ ਛੋੜ ਹੈ। ਭਾਈ ਗੁਰਦਾਸ ਦਾ ਫੈਸਲਾ ਹੈ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ। ਹੁਣ ਜੀਵਨ ਮੁਕਤ ਕੀ ਹੈ? ਉਹਦੀ ਪਰਿਭਾਸ਼ਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਦੇ ਨੇ, ਆਪਾਂ ਰੋਜ਼ ਪੜ੍ਹਨਾ, ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਬਿਖਾਟੀ, ਤੈਸਾ ਮਾਣ, ਤੈਸਾ ਮਾਨ, ਤੈਸਾ ਰੰਕ, ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀ ਹੈ ਜੀਵਨ ਮੁਕਤ। ਅਤੇ ਉਹ ਜੀਵਨ ਮੁਕਤ ਗੁਰੂ ਕਰਦਾ, ਇਸੇ ਲਈ ਉਹਦਾ ਨਾਮ ਬੰਦੀ ਛੋੜ ਹੈ। ਭਾਈ ਗੁਰਦਾਸ ਕਹਿੰਦਾ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਹਨੀ। ਸੋ ਅਸੀਂ ਬੰਦੀ ਛੋੜ ਦਾ ਅਰਥ ਭਾਈ ਗੁਰਦਾਸ ਕੋਲੋਂ ਪੜ੍ਹੀਏ, ਅਤੇ ਜਿੱਥੋਂ ਜੀਵਨ ਮੁਕਤ ਹੋਣਾ ਹੈ, ਜਿਵੇਂ ਉਹ ਬੰਦੀ ਛੋੜ ਹੈ, ਉਸ ਜੀਵਨ ਮੁਕਤ ਦੇ ਉਸ ਲਿਸਟ ਵਿੱਚ ਆਪਣਾ ਨਾਮ ਦਰਜ ਕਰਾਈਏ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੱਕਾ, ਭਲਾ ਸਾਨੂੰ ਦੀਵਾਲੀ ਮਨਾਉਂਦਿਆਂ ਮਨਾਉਂਦਿਆਂ ਗੁਰੂ ਦੀ ਬਖਸ਼ੀ ਹੋਈ ਇਹ ਰੋਸ਼ਨੀ, ਜਿਹੜੀ ਸਾਡੇ ਤੁਹਾਡੇ ਹੱਥ ਨਹੀਂ, ਜਿੱਥੇ ਮਰਜ਼ੀ ਬਾਲ ਲਿਆ ਹਵਾ ਆਈ ਬੁੱਝ ਗਈ, ਉਹ ਰੋਸ਼ਨੀ ਜਿਹੜੀ ਗੁਰਬਾਣੀ ਦਿੰਦੀ ਹੈ। ਅਤੇ ਗੁਰੂ ਆਖਦੇ ਨੇ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨਿਆ ਹੈ, ਉਹ ਸਾਡੇ ਹਿਰਦੇ ਵਿੱਚ ਵਸ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।